ਅੱਜ ਮੈਂ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਹੈ ਵੀ ਜਿੱਥੇ ਹਲਕਾ ਇੰਚਾਰਜ ਸਰਗਰਮ ਨੇ ਪਰ ਜ਼ਿਲ੍ਹਾ ਜਥੇਬੰਦੀ ਬਿਲਕੁਲ ਸੁਸਤ ਹੈ, ਸਾਡੇ ਜ਼ਿਲ੍ਹੇ ਦਾ ਪ੍ਰਧਾਨ ਕਿਸੇ ਵੀ ਪੀੜਤ ਵਿਅਕਤੀ ਕੋਲ, ਪੀੜਤ ਜੋ ਵੀ ਪੀੜਤ ਹੁੰਦਾ ਸਰਕਾਰ ਵੱਲੋਂ ਉਹਨਾਂ ਦੇ ਘਰ ਤੱਕ ਪਹੁੰਚ ਨਹੀਂ ਕਰਦੇ। ਬਿਲਕੁਲ ਸਾਡੀ ਜ਼ਿਲ੍ਹਾ ਜਥੇਬੰਦੀ ਸੁਸਤ ਹੈ, ਉਹਦੀ ਮੈਂ ਜਿਹੜੀ ਸ਼ਿਕਾਇਤ ਸੀ, ਮੇਰੇ ਮਨ 'ਚ ਗੁੱਸਾ ਸੀ ਜ਼ਿਲ੍ਹਾ ਜਥੇਬੰਦੀ ਪ੍ਰਤੀ, ਮੈਂ ਪ੍ਰਧਾਨ ਜੀ ਨੂੰ ਦੱਸਿਆ, ਮੈਂ ਮੰਗ ਕੀਤੀ ਹੈ ਪ੍ਰਧਾਨ ਜੀ ਨੂੰ ਵੀ ਜੇ ਆਪਾਂ ਨੇ ਇਲੈਕਸ਼ਨ ਜਿੱਤਣੀ ਹੈ, ਵਰਕਰ ਤਿਆਰ ਪਰ ਤਿਆਰ ਹੈ ਅਤੇ ਨੌਜਵਾਨ ਵਰਕਰ ਬਹੁਤ ਜ਼ਿਆਦਾ ਤਿਆਰ ਹੈ ਕਾਂਗਰਸ ਨੂੰ ਮੁੱਧੇ ਮੂੰਹ ਗਿਰਨ ਵਾਸਤੇ, ਪਰ ਉਹਦੇ ਵਾਸਤੇ ਜਥੇਬੰਦਕ ਲੋੜ ਹੈ, ਜਥੇਬੰਦੀ ਜਿਹੜੀ ਹੈ ਸਾਡੀ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਕਿਹੜਾ ਪ੍ਰਧਾਨ ਵਧੀਆ ਜਥੇਬੰਦੀ ਚਲਾ ਸਕਦਾ ਜ਼ਿਲ੍ਹੇ ਦੀ ਤੁਹਾਡੇ ਹਿਸਾਬ ਨਾਲ? ਕੱਲ੍ਹ ਨਹੀਂ, ਉਹ ਤਾਂ ਵੈਸੇ ਇਹ ਬੰਦ ਕਮਰੇ ਵਾਲੀਆਂ ਗੱਲਾਂ ਨੇ, ਵੈਸੇ ਤਾਂ ਮੈਂ ਚਾਹਾਂਗਾ ਵੀ ਨੌਜਵਾਨ ਕੋਈ ਵੀ ਆਗੂ ਹੋਵੇ ਉਹਨੂੰ ਜ਼ਿਲ੍ਹਾ ਜਥੇਬੰਦੀ ਦੀ ਡੋਰ ਦੇਣੀ ਚਾਹੀਦੀ ਹੈ।